ਡਾਕਟਰ ਅਮਰ ਸਿੰਘ ਆਜ਼ਾਦ ਅਤੇ ਹੋਰ ਸਿਹਤ ਮਾਹਿਰਾਂ ਦੇ ਮੁਤਾਬਕ ਸਦਾ ਤੰਦਰੁਸਤ ਰਹਿਣ ਦੇ ਨੁਕਤੇ, ਗੁਰਬਾਣੀ ਸਿਹਤ ਖੇਤੀ ਦੀ ਗੱਲ, ਮਸਲੇ ਸਾਰੇ ਕਰੇਗੀ ਹੱਲ। ਸੰਪੂਰਨ ਖੇਤੀ, ਪੂਰਨ ਰੋਜ਼ਗਾਰ, ਜ਼ਹਿਰ ਯੁਕਤ ਤੋਂ ਜ਼ਹਿਰ ਮੁਕਤ ਵੱਲ ਇੱਕ ਸਫ਼ਰ। ਫਗਵਾੜਾ ਗੁੜ ਗਰੋਵ ਕ੍ਰੋਪਿੰਗ ਸਿਸਟਮ ਦੇ ਸਫਲ ਖੇਤੀ ਮਾਡਲ ਦੇ ਨਾਲ ਨਾਲ ਹੋਰ ਸਹਾਇਕ ਕਿੱਤਿਆਂ ਤੋਂ ਇਲਾਵਾ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਮਸਲਿਆਂ ਨਾਲ ਸੰਬੰਧਿਤ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਤੁਹਾਡਾ ਆਪਣਾ ਮਨੁੱਖਤਾ ਪੱਖੀ ਯੂਟਿਊਬ ਦਰਬਾਰੇ ਖਾਲਸਾ ਚੈਨਲ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰਕੇ ਪ੍ਰਚਾਰ ਵਿੱਚ ਹਿੱਸਾ ਪਾਓ। ਬਹੁਤ ਬਹੁਤ ਧੰਨਵਾਦ ਜੀ ਡਾਕਟਰ ਵਿਸ਼ੇਸ਼ ਜੀ, ਕਿਸਾਨ ਵੀਰੋ ਤੁਹਾਡਾ ਵੀ ਬਹੁਤ ਧੰਨਵਾਦ ਆ ਕਿ ਤੁਸੀਂ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਦਰਬਾਰੇ ਖਾਲਸਾ ਯੂਟਿਊਬ ਚੈਨਲ ਰਾਹੀਂ ਚੱਲ ਰਹੇ ਇਸ ਖੇਤੀ ਸਤਸੰਗ ਵਿੱਚ ਹਿੱਸਾ ਲੈਂਦੇ ਹੋ ਅਤੇ ਆਪਾਂ ਵਿਚਾਰ ਚਰਚਾਵਾਂ ਕਰਦੇ ਹਾਂ ਕਿ ਆਪਾਂ ਜਿਹੜਾ ਆਪਣੇ ਇਸ ਖਿੱਤੇ ਨੂੰ ਦੁਨੀਆ ਦਾ ਬਿਹਤਰੀਨ ਖਿੱਤਾ ਕਿੱਦਾਂ ਬਣਾਈਏ, ਸਾਡੇ ਕੁਦਰਤੀ ਸਾਧਨ ਆ ਉਹਨਾਂ ਦਾ ਆਪਾਂ ਜਿਹੜਾ ਦੁਰਉਪਯੋਗ ਆ ਉਹਨਾਂ ਉਹਨੂੰ ਕਿੱਦਾਂ ਥੰਮੀਏ, ਕਿਸ ਤਰ੍ਹਾਂ ਉੱਤੇ ਰੋਕ ਲਾਈਏ ਅਤੇ ਜਿਹੜਾ ਸਾਡਾ ਭੋਜਨ ਆ ਉਹ ਜ਼ਹਿਰ ਮੁਕਤ ਕਿੱਦਾਂ ਹੋਵੇ, ਇਹ ਸਾਰੇ ਪਹਿਲੂ ਹੈਗੇ ਆ। ਸਾਡੀ ਮਿੱਟੀ, ਪਾਣੀ, ਹਵਾ ਇਹ ਜਾਂ ਪ੍ਰਦੂਸ਼ਿਤ ਹੋਣ ਤੋਂ ਕਿੱਦਾਂ ਬਚਣ, ਇਹਨਾਂ ਸਾਰਿਆਂ ਜਿਸ ਵੇਲੇ ਪਹਿਲੂਆਂ 'ਤੇ ਆਪਾਂ ਗੱਲ ਕਰਦੇ ਹਾਂ ਤਾਂ ਗੱਲ ਉੱਭਰ ਕੇ ਸਾਹਮਣੇ ਇਹ ਆਉਂਦੀ ਹੈ ਕਿ ਜਦੋਂ ਤਾਂ ਆਪਾਂ ਜਿਹੜੇ ਕੁਦਰਤ ਦੇ ਨਿਯਮ ਨੇ ਜੀਵਨ ਨੂੰ ਚਲਾਉਣ ਦੇ, ਸਪੈਸ਼ਲੀ ਜਿਸ ਵੇਲੇ ਆਪਾਂ ਬਨਸਪਤੀ ਦੀ ਗੱਲ ਕਰਦੇ ਹਾਂ, ਬਨਸਪਤੀ ਨੂੰ ਚਲਾਉਣ ਦੇ, ਜਿੰਨਾ ਚਿਰ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਆਪਣੀ ਕਾਸ਼ਤਕਾਰੀ ਵਿੱਚ ਨਹੀਂ ਉਤਾਰਦੇ ਉਨਾ ਚਿਰ ਆਪਾਂ ਇਸ ਘੁੰਮਣ ਘੇਰੀ ਵਿੱਚ ਫਸੇ ਰਹਾਂਗੇ। ਆਪਾਂ ਦੇਖਦੇ ਹਾਂ ਵੀ ਜਿਹੜਾ ਇਸ ਵਕਤ ਦਾ ਵਿਕਾਸ ਮਾਡਲ ਹੈ ਸਾਡੇ 'ਤੇ ਜਿਹੜਾ ਥੋਪਿਆ ਗਿਆ ਉਹਦੇ ਜਿਹੜੇ ਦੁਸ਼ਪ੍ਰਭਾਵ ਕਿੰਨੇ ਕੁ ਨੇ, ਸਾਡਾ ਜਿਹੜਾ ਖਾਣਾ ਵੀ ਜ਼ਹਿਰ ਚੁੱਕਿਆ ਟੋਟੋ ਦੀ ਸਾਰੇ ਦਾ ਸਾਰਾ, ਸਾਡਾ ਜਿਹੜਾ ਹੈਗਾ ਮਿੱਟੀ, ਪਾਣੀ, ਹਵਾ ਇਹ ਬਹੁਤ ਵੱਡੇ ਪੱਧਰ ਤੱਕ ਜਿਹੜੇ ਦੂਸ਼ਿਤ ਹੋ ਚੁੱਕੇ ਆ, ਹੁਣ ਪਿੱਛੇ ਮੁੜਨ ਦੀ ਜ਼ਰੂਰਤ ਹੈਗੀ ਹੈ। ਇਸੇ ਤਰ੍ਹਾਂ ਜਿਹੜਾ ਸਾਡਾ ਜਿਹੜੇ ਪ੍ਰਦੂਸ਼ਣ ਹੋ ਗਿਆ ਅਤੇ ਇੱਦਾਂ ਜਿਹੜੇ ਹੈਗੇ ਸਾਡਾ ਮਾਈਕਰੋ ਫਲੋਰਾ ਉਹਨੂੰ ਵੀ ਆਪਾਂ ਬਹੁਤ ਵੱਡੇ ਪੱਧਰ 'ਤੇ ਉਹਦਾ ਘਾਣ ਕਰ ਦਿੱਤਾ। ਇਹ ਸਾਰੇ ਜਿਹੜੇ ਮਸਲੇ ਹੱਲ ਕਰਨ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਆਪਾਂ ਆਪਣੇ ਖਿੱਤੇ ਦੀਆਂ ਜਿਹੜੇ ਇਸ ਖਿੱਤੇ ਦੇ ਅਸਲੀ ਧੀਆਂ ਪੁੱਤਰੇ ਮੈਂ ਤਾਂ ਕਹੂੰਗਾ ਜਿਹੜੀ ਹੈਗੀ ਹੈ ਕਾਸ਼ਤਕਾਰੀ ਉਹਦੀ ਕਰੀਏ ਉਹਨਾਂ ਫਸਲਾਂ ਦੀ, ਅਤੇ ਉਹਨਾਂ ਵਿੱਚੋਂ ਇਸ ਵਕਤ ਜਿਹੜੀ ਹੈ ਬਿਜਾਈ ਹੈ ਉਹ ਗੰਨੇ ਦੀ ਬਹੁਤ ਢੁਕਵੀਂ ਸਮਾਂ ਆ ਰਿਹਾ। ਇੱਕ ਸਮਝ ਲਓ ਵੀ ਅੱਜ 27 ਤਰੀਕ ਹੋ ਗਈ ਹੈ, 4-5 ਦਿਨਾਂ ਬਾਅਦ ਜਿਹੜੀ ਗੰਨੇ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ, ਅਤੇ ਜਿਹੜੀ ਗੰਨੇ ਦੀ ਬਿਜਾਈ ਜਿਸ ਵਕਤ ਆਪਾਂ ਕਰਨੀ ਆ ਉਹਦੇ ਵਿੱਚ ਆਪਾਂ ਜਿਹੜੇ ਜੀਵਨ ਦੇ 5 ਤੱਤ ਆ ਉਹਨਾਂ ਦਾ ਕਾਰਗਰ ਪ੍ਰਬੰਧ ਕਿਸ ਢੰਗ ਨਾਲ ਕਰਨਾ ਉਹਦੇ ਬਾਰੇ 'ਚ ਪਹਿਲਾਂ ਵੀ ਬਹੁਤ ਵਾਰੀ ਵਿਚਾਰ ਚਰਚਾਵਾਂ ਹੋ ਚੁੱਕੀਆਂ ਨੇ ਅਤੇ ਬਾਕੀ ਹੁਣ ਦੁਬਾਰਾ ਫਿਰ ਆਪਾਂ ਗੱਲ ਕਰਦੇ ਹਾਂ ਅੱਜ ਅਤੇ ਜਿਸ ਵਕਤ ਆਪਾਂ ਗੰਨੇ ਦੀ ਬਿਜਾਈ ਕਰਨੀ ਹੈ ਜਿਹੜੇ ਸਾਡਾ ਆਪਾਂ ਬੈੱਡ ਬਣਾਉਣੇ ਨੇ ਜਿੱਦਾਂ ਤਿਆਰੀ ਏਕ ਫਸਲ ਏਕ ਸਿਸਟਮ ਦੇ ਤਹਿਤ ਉਹ ਆਪਾਂ ਸਿਲੰਡਰ ਬੈੱਡ ਤਿਆਰ ਕਰਨੇ ਆ। ਪਹਿਲਾਂ ਆਪਾਂ ਆਪਣੇ ਖੇਤ ਦੇ ਵਿੱਚ ਔਰਗੈਨਿਕ ਮੈਟਰ ਦੀ ਪੂਰਤੀ ਕਰ ਲਈਏ, ਉਸ ਤੋਂ ਬਾਅਦ ਫਿਰ ਆਪਾਂ ਉਹਨੂੰ ਲੇਜ਼ਰ ਲੈਵਲ ਕਰਕੇ ਅਤੇ ਆਪਾਂ ਜਿਹੜੇ ਬੈੱਡ ਸਿਲੰਡਰ ਬੈੱਡ ਤਿਆਰ ਕਰਨੇ ਆ ਉਹ ਈਸਟ ਵੈਸਟ ਡਾਇਰੈਕਸ਼ਨ ਦੇ ਵਿੱਚ, ਯਾਨੀ ਕਿ ਲਹਿੰਦੇ ਚੜ੍ਹਦੇ ਜਾਂ ਪੂਰਬ ਪੱਛਮ ਦਿਸ਼ਾ ਦੇ ਵਿੱਚ ਕਰਨੇ ਆ। ਪਹਿਲਾਂ ਆਪਾਂ ਪਾਣੀ ਲਾਉਣਾ ਅਤੇ ਫਿਰ ਫਸਲ ਬੀਜਣੀ। ਜਿਹੜਾ ਗੰਨੇ ਦੀ ਜਿਸ ਵੇਲੇ ਆਪਾਂ ਬਿਜਾਈ ਕਰਨੀ ਹੈਗੀ ਆ ਉਹ ਜਿਹੜੀ ਦੱਖਣੀ ਬੈੱਡ ਦੀ ਦੱਖਣੀ ਬਾਹੀ ਦੀ ਢਲਾਨ ਜਿੱਥੇ ਆਪਾਂ ਪਾਣੀ ਦਾ ਲੈਵਲ ਹੈਗਾ ਉਸ ਤੋਂ ਉੱਪਰ ਜਿੱਥੇ ਸਲਾਬਾ ਚੜ੍ਹਦਾ ਉੱਥੇ ਲਗਾਵਾਂਗੇ ਤਾਂ ਜਿਹੜੀ ਜਰਮੀਨੇਸ਼ਨ ਆ ਉਹ ਬਹੁਤ ਹੀ ਜ਼ਿਆਦਾ ਵਧੀਆ ਹੋ ਗਈ, 100% ਦੇ ਨਜ਼ਦੀਕ ਪਹੁੰਚਦੀ ਆ। ਜੇਕਰ ਆਪਾਂ ਕਿਤੇ ਗਲਤੀ ਕਰਦੇ ਹਾਂ, ਥੋੜ੍ਹਾ ਥੰਨੀਵਾਂ ਲਾ ਲਿਆ ਜਾਂ ਬੈੱਡ ਦੇ ਉੱਪਰ ਕਰਕੇ ਲਾ ਲਿਆ ਤਾਂ ਉੱਥੇ ਫਿਰ ਆਪਣਾ ਯਾਨੀ ਕਿ ਨੁਕਸਾਨ ਹੁੰਦਾ ਹੈਗਾ। ਜਿੱਦਾਂ ਪਲੇਸਮੈਂਟ ਆਫ ਦੀ ਸੀਡ, ਆਪਾਂ ਜਿਹੜਾ ਬੀਜ ਆ ਉਹਦੀ ਜਗ੍ਹਾ ਕਿਹੜੀ ਆਪਾਂ ਦੇਣੀ ਉਹਨੂੰ ਬੈੱਡ ਦੇ ਉੱਤੇ, ਇਹ ਬਹੁਤ ਵੱਡਾ ਯਾਨੀ ਕਿੰਨਾ ਇੱਕ ਮੁੱਦਾ ਹੈਗਾ। ਇਹ 'ਤੇ ਪੂਰਾ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਆ। ਪਲੇਸਮੈਂਟ ਆਫ ਦੀ ਸੀਡ, ਦੱਖਣੀ ਬਾਹੀ ਪਾਣੀ ਦਾ ਆਪਾਂ ਖਾਲੀ ਭਰ ਲਈ ਪੌਣੀ ਕੁ ਦੇ ਕਰੀਬ,
ਤੇ ਜਿਹੜੀ ਲੈਵਲ ਹੈ ਪਾਣੀ ਦਾ ਉਹ ਤੋਂ ਥੋੜ੍ਹੇ ਉੱਪਰ ਉੱਥੇ ਸਲਾਬਾ ਜਿਹੜੇ ਉੱਥੇ ਆਪਾਂ ਬਿਜਾਈ ਕਰਨੀ ਆ ਗੰਨੇ ਦੀ। ਉਹਦੇ ਨਾਲ ਕੀ ਹੋਊਗਾ, ਇੱਕ ਤਾਂ ਜਿਸ ਵਿੱਚ ਆਪਾਂ ਅਗਾਂਹ ਪਾਣੀ ਲਾਵਾਂਗੇ, ਜਿਹੜੇ ਮਗਰੋਂ ਪਾਣੀ ਲੱਗਣੇ ਹੈਗੇ ਆ, ਪਹਿਲਾ ਲੱਗੂਗਾ, ਦੂਜਾ ਲੱਗੂਗਾ, ਉਹਦੇ ਵਿੱਚ ਪਾਣੀ ਆਪਾਂ ਜਿਹੜਾ ਗੰਨਾ ਲਗਾਇਆ ਉਹ ਤੋਂ ਥੋੜ੍ਹਾ ਜਿਹਾ ਥੱਲੇ ਰੱਖਣਾ, ਜਿੰਨਾ ਪਹਿਲਾਂ ਲਗਾਇਆ ਉਸੇ ਢੰਗ ਨਾਲ ਕਰਨਾ। ਇਹਦੇ ਨਾਲ ਫਿਰ ਕੀ ਹੋਊਗਾ, ਗਰੋਥ ਬਹੁਤ ਜ਼ਿਆਦਾ ਵਧੀਆ ਹੋਊਗੀ ਸ਼ੂਗਰ ਕੇਨ ਦੀ। ਅਤੇ ਇਹਦੇ ਵਿੱਚ ਜਿਹੜੀਆਂ ਆਪਾਂ ਫਸਲਾਂ ਲਗਾਉਣੀਆਂ ਹੈਗੀਆਂ ਅੰਤਰ ਫਸਲਾਂ, ਉਹ ਬਹੁਤ ਸਾਰੀਆਂ ਫਸਲਾਂ ਨੇ ਲੱਗ ਸਕਦੀਆਂ, ਜਿਹੜੀ ਵੀ ਆਪਣੇ ਤੁਹਾਡੇ ਦਿਮਾਗ 'ਚ ਆਉਂਦੀ ਆ ਉਹ ਤੁਸੀਂ ਫਸਲ ਬੀਜ ਸਕਦੇ ਹੋ। ਅਤੇ ਜਿਹੜੀ ਸਰੋਂ ਆ ਉਹਦੀ ਬਿਜਾਈ ਵੀ ਆਪਾਂ ਕਰ ਸਕਦੇ ਹਾਂ ਗੰਨੇ ਦੇ ਵਿੱਚ, ਅਤੇ ਉਹਦਾ ਜਿਹੜਾ ਸਮਾਂ ਆ ਉਹ 15 ਸਤੰਬਰ ਤੋਂ ਆਪਾਂ ਸ਼ੁਰੂ ਕਰ ਸਕਦੇ ਹਾਂ। ਜਿਸ ਵਕਤ ਆਪਾਂ 15 ਸਤੰਬਰ ਤੋਂ ਸ਼ੁਰੂ ਕਰਨਾ ਤਾਂ ਇਹਦਾ ਜਿਹੜੀ ਇੱਕ ਲੇਟ ਮਚਿਓਰਿੰਗ ਵਰਾਇਟੀ ਅਤੇ ਦੂਜੀ ਹੈਗੀ ਆ ਅਰਲੀ ਮਚਿਓਰਿੰਗ, ਇੱਕ ਪਹਿਲਾਂ ਪੱਕਣ ਵਾਲੀ, ਛੇਤੀ ਪੱਕਣ ਵਾਲੀ, ਜਿਸ ਤਰ੍ਹਾਂ ਤੋਰੀਆ ਵਗੈਰਾ ਹੈਗਾ, ਉਹ ਆਪਾਂ ਉਹਦੀ ਬਿਜਾਈ ਕਰ ਸਕਦੇ ਹਾਂ। ਅਤੇ ਉਹਦੀ ਜਿਹੜੀ ਬਿਜਾਈ ਕਰਨੀ ਹੈਗੀ ਆ ਉਹ ਆਪਾਂ ਕਰਨੀ ਹੈਗੀ ਆ ਇੱਕ ਇੱਕ ਫੁੱਟ ਦੇ ਉੱਤੇ ਉਹਦਾ ਇੱਕ ਇੱਕ ਦਾਣਾ ਲਗਾ ਲਈਏ ਆਪਣੇ ਤੋਰੀਏ ਦਾ। ਅਤੇ ਇਸੇ ਤਰ੍ਹਾਂ ਜਿਹੜੀ ਹੈਗੀ ਆ ਆਪਣੀ ਲੇਟ ਮਚਿਓਰਿੰਗ ਵਰਾਇਟੀ ਹੈ ਉਹ ਆਪਾਂ ਜਿਹੜੀ ਖਾਲੀ ਵਿੱਚ ਗੰਨਾ ਨਹੀਂ ਹੈਗਾ, ਕਿਉਂਕਿ ਗੰਨਾ ਜਿਹੜਾ ਬੀਜਣਾ ਆਪਾਂ 8x4 'ਤੇ ਬੀਜਣਾ, ਜਿਸ ਖਾਲੀ ਵਿੱਚ ਗੰਨਾ ਨਹੀਂ ਹੈਗਾ ਉੱਥੇ 3-3 ਫੁੱਟ ਦੇ ਉੱਤੇ ਇੱਕ ਦਾਣਾ ਲਗਾਉਣਾ। ਇਹਦੇ ਨਾਲ ਜਿਹੜਾ ਬੀਜ ਹੈ ਸਰੋਂ ਦਾ ਉਹ ਲਗਭਗ 6 ਗ੍ਰਾਮ ਦੇ ਕਰੀਬ ਪਊਗਾ ਜਿਹੜੀ ਲੇਟ ਮਚਿਓਰਿੰਗ ਹੈ, ਅਤੇ ਜਿਹੜਾ ਤੋਰੀ ਆ ਉਹ 20 ਗ੍ਰਾਮ ਦੇ ਕਰੀਬ ਪੈਂਦਾ, 20 ਨਾਲ ਥੋੜ੍ਹਾ ਜ਼ਿਆਦਾ ਪੈਜੂਗਾ, ਬਸ ਇੰਨਾ ਕੁ ਪੈਣਾ ਹੈ। ਇਹ ਆਪਾਂ ਬਿਜਾਈ ਇਸ ਢੰਗ ਨਾਲ ਕਰਨੀ ਹੈਗੀ। ਅਤੇ ਜਿਸ ਵਕਤ ਜਿਹੜੀ ਆਪਣੇ ਸਰੋਂ ਆ ਜਿਹੜੀ 6 ਗ੍ਰਾਮ ਵਾਲੀ ਆ ਲੇਟ ਮਚਿਓਰਿੰਗ, ਉਹਦਾ ਜਿਹੜਾ ਜਿਸ ਖਾਲੀ ਦੇ ਵਿੱਚ ਪਹਿਲਾਂ ਪਾਣੀ ਲਾਉਣਾ ਪਊਗਾ ਤਾਂ ਫਿਰ ਆਪਾਂ ਬਿਜਾਈ ਕਰਨੀ, ਉਹ ਦੱਖਣੀ ਵਾਹੀ 'ਤੇ ਬਿਜਾਈ ਹੋਣੀ ਹੈ, ਜਿਸ ਤਰ੍ਹਾਂ ਆਪਾਂ ਗੰਨੇ ਦੀ ਬਿਜਾਈ ਕੀਤੀ, ਇਹ 3-3 ਫੁੱਟ 'ਤੇ ਹੋਣੀ। ਅਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਖਾਲੀ ਪੱਕੇ ਤੌਰ 'ਤੇ ਬੰਦ ਕਰ ਦੇਣੀ ਆ, ਜਿਹੜਾ ਪਾਣੀ ਲੱਗੂਗਾ ਉਹ ਗੰਨੇ ਨੂੰ ਲੋੜ ਮੁਤਾਬਕ ਲੱਗੂਗਾ ਅਤੇ ਸਰੋਂ ਨੂੰ ਪਾਣੀ ਦੀ ਕੋਈ ਜ਼ਰੂਰਤ ਨਹੀਂ ਪੈਣੀ। ਇਸ ਢੰਗ ਨਾਲ ਫਿਰ ਆਪਾਂ ਜਿਹੜੀ ਹੈਗੀ ਇਹਦੀ ਗੇਤੀ ਅਤੇ ਪਛੇਤੀ ਦੋ ਜਿਹੜੀਆਂ ਕਿਸਮਾਂ ਇੱਕੋ ਸਮੇਂ ਬੀਜ ਸਕਦੇ ਹਾਂ ਸਰੋਂ ਦੀਆਂ। ਅਤੇ ਜੇਕਰ ਆਪਾਂ ਸਰੋਂ ਨਹੀਂ ਬੀਜਣੀ ਹੈਗੀ ਤਾਂ ਫਿਰ ਹੋਰ ਬਹੁਤ ਸਾਰੀਆਂ ਫਸਲਾਂ ਨੇ, ਜਿਸ ਤਰ੍ਹਾਂ ਆਲੂ ਵੀ ਬੀਜੇ ਜਾ ਸਕਦੇ ਆ, ਬਾਕੀ ਪਾਲਕ, ਮੂਲੀ, ਧਨੀਆ, ਇੱਦਾਂ ਦਾ ਜਾਣੀ ਕਿ ਸਾਰਾ ਜਿਹੜਾ ਗਾਜਰ ਵਗੈਰਾ ਇਹ ਸਭ ਕੁਛ ਬੀਜਿਆ ਜਾ ਸਕਦਾ। ਅਤੇ ਆਪਣੇ ਲੋੜ ਦੇ ਮੁਤਾਬਕ, ਆਪਣੀ ਪਲੈਨਿੰਗ ਦੇ ਮੁਤਾਬਕ ਤੁਸੀਂ ਕੋਈ ਵੀ ਇਹਦੇ ਵਿੱਚ ਫਸਲ ਜਿਹੜੀ ਹੈ ਗੰਨੇ ਦੇ ਵਿੱਚ ਬੀਜ ਸਕਦੇ ਹਾਂ। ਅਤੇ ਜੇਕਰ ਆਪਾਂ ਇਹਦੀ ਹੁਣ ਗੱਲ ਕਰਦੇ ਹਾਂ ਵੀ ਇਹਦੇ ਵਿੱਚ ਜਾਣੀ ਕਿ ਬੱਚਤ ਕਿੰਨੀ ਹੁੰਦੀ ਹੈ, ਕਿਉਂਕਿ ਤਕਨੀਕ ਉਹੀ ਵਧੀਆ ਜਿਹੜੀ ਸਸਤੀ ਹੋਵੇ, ਜਿਹੜੀ ਆਸਾਨ ਹੋਵੇ, ਸੌਖੀ ਹੋਵੇ ਲਾਗੂ ਕਰਨ ਦੇ ਵਿੱਚ, ਅਤੇ ਜਿਹੜਾ ਝਾੜ ਵੀ ਜ਼ਿਆਦਾ ਆਵੇ, ਅਤੇ ਨਾਲ ਦੀ ਨਾਲ ਜੇਕਰ ਉਹ ਈਕੋ ਫਰੈਂਡਲੀ ਸਿਸਟਮ ਹੈਗਾ, ਕੁਦਰਤ ਪੱਖੀ ਸਿਸਟਮ ਹੈ, ਤਾਂ ਹੋਰ ਵੀ ਬਹੁਤ ਜ਼ਿਆਦਾ ਜਾਣੀ ਕਿ ਸੋਹਣੇ ਦੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਅਤੇ ਜਿਹੜਾ ਇਹ ਸਿਸਟਮ ਹੈ ਫਗਵਾੜਾ ਗੁੱਡ ਗੁੱਡ ਕ੍ਰੋਪਿੰਗ ਸਿਸਟਮ, ਜਿਸ ਲਈ ਆਪਾਂ ਫਸਲਾਂ ਦੀ ਬਿਜਾਈ, ਇਹ ਸਾਰਾ ਈਕੋ ਫਰੈਂਡਲੀ ਜਾਂ ਕੁਦਰਤ ਪੱਖੀ ਸਿਸਟਮ ਹੈ। ਇਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਪਾਣੀ ਦੀ ਬਚਤ, ਬਹੁਤ ਵੱਡੇ ਪੱਧਰ ਦੇ ਉੱਤੇ ਬੀਜ ਦੀ ਬਚਤ ਹੁੰਦੀ ਹੈ। ਜੇਕਰ ਆਪਾਂ ਬੀਜ ਦੀ ਬਚਤ ਦੀ ਗੱਲ ਕਰਦੇ ਹਾਂ ਤਾਂ 97% ਜਿਹੜੀ ਸੇਵਿੰਗ ਹੈਗੀ ਹੈ ਸੀਡ ਦੀ, ਯਾਨੀ ਜੇਕਰ 100 ਕਿਲੋ ਕਨਵੈਨਸ਼ਨ ਮੈਥਡ ਦੇ ਵਿੱਚ ਯੂਜ ਹੁੰਦਾ ਬੀਜ ਦੀ ਵਰਤੋਂ ਕਰਦੇ ਨੇ ਕਿਸਾਨ ਵੀਰ, ਤਾਂ ਆਪਾਂ ਨੂੰ ਸਿਰਫ 2.5 ਕਿਲੋ ਬੀਜ ਚਾਹੀਦਾ। ਇਸੇ ਤਰ੍ਹਾਂ ਜਿਹੜਾ ਹੈਗਾ ਪਾਣੀ ਆ ਉਹਦੀ ਜਿਹੜੀ ਸੇਵਿੰਗ ਆ ਉਹ ਵੀ 90% ਤੋਂ ਉੱਪਰ ਆ। ਇਸੇ ਤਰ੍ਹਾਂ ਜਿਹੜੀ ਹੈਗੀ ਆ ਆਪਣੇ ਲੇਬਰ, ਉਹਦੀ ਜਿਹੜੀ ਬਚਤ ਆ ਉਹ ਵੀ ਬਹੁਤ ਹੀ ਵੱਡੇ ਪੱਧਰ 'ਤੇ ਹੁੰਦੀ ਆ, ਉਹ ਵੀ ਲਗਭਗ 90% ਦੇ ਕਰੀਬ ਹੈਗੀ ਆ। ਇਸੇ ਤਰ੍ਹਾਂ ਜਿਸ ਵੇਲੇ ਆਪਾਂ ਝਾੜ ਦੀ ਅੱਗੇ ਜਾ ਕੇ ਗੱਲ ਕਰਦੇ ਹਾਂ ਤਾਂ ਜਿਹੜਾ ਹੈਗਾ ਗੰਨੇ ਦਾ ਝਾੜ ਆ ਉਹ 400 ਕੁਇੰਟਲ ਤੋਂ ਨਹੀਂ ਘਟੂਗਾ ਕਦੇ ਵੀ, ਜਿਹੜਾ 8x4 ਵਾਲਾ, ਜੇਕਰ ਆਪਾਂ ਕਾਰਗਰ ਪ੍ਰਬੰਧ ਕਰਨਾ ਜਾਣ ਲੈਂਦੇ ਹਾਂ ਆਪਣੇ ਜਿਹੜੇ ਜੀਵਨ ਦੇ ਪੰਗਾਂ ਤੱਤਾਂ ਦਾ, ਅਤੇ ਨਾਲ ਦੀ ਨਾਲ ਜੇਕਰ ਔਰਗੈਨਿਕ ਮੈਟਰੀ ਪੂਰਾ ਕਰ ਲੈਂਦੇ ਹਾਂ ਤਾਂ ਫਿਰ ਇਹਦਾ ਜਿਹੜਾ ਝਾੜ ਆ ਬਹੁਤ ਹੀ ਵੱਡੇ ਉੱਚੇ ਪੱਧਰ 'ਤੇ ਜਾ ਸਕਦਾ। ਜਿਹੜਾ ਸਾਡਾ ਟੀਚਾ ਆ ਉਹ 1 ਪੋਰੀ ਤੋਂ 1 ਕੁਇੰਟਲ ਦਾ, ਅਤੇ ਉਹ ਆਪਾਂ ਯਾਨੀ ਕਿ ਅਚੀਵ ਕਰ ਸਕਦੇ ਹਾਂ। ਕਿਸ ਵੇਲੇ ਕਰਾਂਗੇ, ਜਿਸ ਵੇਲੇ ਸਾਨੂੰ ਜੀਵਨ ਦੇ ਜਿਹੜੇ ਕਾਰਗਰ ਜੀਵਨ ਦੇ ਪੰਗਾਂ ਤੱਤਾਂ ਦਾ ਜਿਹੜਾ ਕਾਰਗਰ ਪ੍ਰਬੰਧ ਕਰਨਾ ਆ ਗਿਆ, ਅਤੇ ਨਾਲੇ ਨਾਲ ਜਿਹੜਾ ਔਰਗੈਨਿਕ ਮੈਟਰ ਆ ਉਹ ਪੂਰਾ ਹੋ ਗਿਆ। ਜਿਸ ਵਕਤ ਆਪਾਂ ਇਹ ਸਾਰਾ ਜਿਹੜਾ ਗਿਆਨ ਹਾਸਲ ਕਰਕੇ ਲਾਗੂ ਕਰ ਲਵਾਂਗੇ ਤਾਂ ਉਹ ਦਿਨ ਦੂਰ ਨੇ ਜਿਸ ਵਕਤ ਜਿਹੜੀ ਗੰਨੇ ਦੀ ਪ੍ਰੋਡਕਸ਼ਨ ਆ ਸਾਰੇ ਯਾਨੀ ਕਿ ਇੰਡੀਆ ਪੱਧਰ ਦੇ ਉੱਤੇ ਪੰਜਾਬ ਦੀ ਸਭ ਤੋਂ ਜ਼ਿਆਦਾ ਹੋਊਗੀ। ਅਤੇ ਆਓ ਆਪਾਂ ਸਾਰੇ ਰਲ ਮਿਲ ਕੇ ਇਸ ਪਾਸੇ ਨੂੰ ਹੰਭਲਾ ਮਾਰੀਏ,
ਇਹਦੇ ਵਿੱਚ ਜਿਹੜਾ ਹੈਗਾ ਪ੍ਰੋਡਿਊਸ ਆ ਸਾਡਾ ਜਿਹੜੀ ਉਪਜ ਆ ਉਹ ਵੀ ਜ਼ਹਿਰ ਮੁਕਤ ਹੋ ਜਾਊਗੀ ਅਤੇ ਆਪਾਂ ਉਹ ਸਾਰੇ ਰਲ ਕੇ ਇਸ ਪਾਸੇ ਨੂੰ ਹਮਲਾ ਮਾਰੀਏ ਅਤੇ ਆਪਾਂ ਇੱਕ ਨਵੇਂ ਪੰਜਾਬ ਦੀ ਸਿਰਜਣਾ ਕਰੀਏ ਇਹਦੇ ਵਿੱਚ ਵੱਡਾ ਯੋਗਦਾਨ ਪਾਈਏ ਰਲ ਮਿਲ ਕੇ ਸਾਰੇ ਉਹ ਤਦ ਹੀ ਹੋਊਗਾ ਜੇਕਰ ਆਪਾਂ ਚੰਗੀ ਤਰ੍ਹਾਂ ਸਮਝਵਾਂਗੇ ਜਿਹੜੇ ਜੀਵਨ ਦੇ ਕੁਦਰਤ ਦੇ ਸੂਰ ਨੇ ਜੀਵਨ ਨੂੰ ਚਲਾਉਣ ਦੇ ਅਤੇ ਜਿਸ ਵੇਲੇ ਆਪਾਂ ਸਮਝ ਕੇ ਕਾਸ਼ਕਾਰੀ ਵਿੱਚ ਲਾਗੂ ਕਰ ਲਿਆ ਤਾਂ ਆਪਾਂ ਜਿਹੜੇ ਟੀਚੇ ਮਿੱਥੇ ਹੋਏ ਨੇ ਉਹ ਬਹੁਤ ਜਲਦੀ ਆਪਾਂ ਅਚੀਵ ਕਰ ਲਵਾਂਗੇ ਅਤੇ ਹੁਣ ਮੈਂ ਆਪਣੇ ਸਾਰੇ ਕਿਸਾਨ ਵੀਰਾਂ ਨੂੰ ਇਹ ਰਿਕੁਐਸਟ ਬੇਨਤੀ ਕਰੂੰਗਾ ਜੇਕਰ ਕਿਸੇ ਦਾ ਕੋਈ ਕੁਐਸਚਨ ਹੋਵੇ ਸਵਾਲ ਹੋਵੇ ਜਾਂ ਕੋਈ ਸ਼ੰਕਾ ਉਹ ਆਪਣੇ ਸੁਝਾਅ ਅਤੇ ਆਪਣਾ ਜਿਹੜਾ ਕੁਐਸਚਨ ਆ ਸ਼ੰਕਾਵਾਂ ਉਹ ਵਿੱਚ ਹੋ ਕੇ ਦੂਰ ਕਰ ਸਕਦੇ ਨੇ ਧੰਨਵਾਦ ਜੀ।